ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਜੀ ਨਵੀਂ ਇਨਫੋਰਮੇਸ਼ਨ ਦੀ ਜਾਣਕਾਰੀ ਜੋ ਕਿ ਜਾਰੀ ਕੀਤੀ ਗਈ ਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਸੋ ਮੇਲ ਐਂਡ ਫੀਮੇਲ ਪੈਰਾਮੈਡੀਕਲ ਸਟਾਫ ਵਾਲੇ ਬੱਚਿਆਂ ਲਈ ਜਾਣਕਾਰੀ ਆ ਜੀ ਨਾਲ ਨਰਸਿੰਗ ਲਈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਜਾਊਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਵੀ ਸਟੂਡੈਂਟ ਅਤੇ ਭੈਣ ਭਰਾ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰਨ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਇੰਪੋਰਟੈਂਟ ਜਾਣਕਾਰੀ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਨੂੰ ਜੁਆਇਨ ਤੇ ਫੋਲੋ ਕਰਨਾ ਨਾ ਭੁੱਲਿਆ ਕਰੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸੋ ਹਾਂਜੀ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਿਹੜਾ ਲੇਟੈਸਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਆ ਦੇਖੋ ਜੀ ਐਡਮਿਸ਼ਨ ਨੋਟਸ ਆ ਬੀਐਸਸੀ ਪੈਰਾਮੈਡੀਕਲ ਕੋਰਸਸ ਸੈਸ਼ਨ 2022 ਠੀਕ ਹੈ ਜੀ ਆਨਲਾਈਨ ਅਪਲੀਕੇਸ਼ਨਸ ਆਰ ਇਨਵਾਈਟਿਡ छे तरीक तो स्टार्ट हो चुकी है ने अठारह अठ दो हज़ार बई तक चलना वा थ्रो यूनिवर्सिटी वैबसाइट ठीक है जी अलीजिबली कैंडिडेट्स बी एस सी सेशन मेडिकल सैशन दो हज़ार बई बी एस सी एनिसीआ टैक्नोलॉजी बी इंटेंसिव केयर यूनिट टैक्नीकस बी एस सी ऑपरेशन थिएटर टैक्नोलॉजी बी एससी मैडिकल रेडियोग्राफी एंड इमेजिंग टैक्नोलॉजी बी एस सी ਰੇਡੀਓ ਥੈਰੇਪੀ ਟੈਕਨੋਲੋਜੀ ਬੀਐਸਸੀ ਆਪਟੋਮੈਟਰੀ ਬੀਐਸਸੀ ਡਾਇਲਿਸਿਸ ਟੈਕਨਿਕਸ ਬੀਐਸਸੀ ਆਰਥੋਪੈਡਿਕ ਅਸਿਸਟੈਂਟ ਐਂਡ ਪਲਾਸਟਰ ਟੈਕਨਿਕਸ ਬੀਐਸਸੀ ਐਮਰਜੈਂਸੀ ਰਿਸਪੌਂਡਰ ਬੀਐਸਸੀ ਕਾਰਡੀਕ ਟੈਕਨੋਲੋਜੀ ਬੈਚਲਰ ਆਫ ਆਡੀਓਲੋਜੀ ਐਂਡ ਸਪੀਚ ਲੈਂਗੁਏਜ ਪੈਥੋਲੋਜੀ ਠੀਕ ਹੈ ਜੀ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਤੇ ਜਿਹੜੇ ਬੱਚਿਆਂ ਨੇ ਅਪਲਾਈ ਕਰਨਾ ਵਾ ਪੋਰਟਲ ਓਪਨ ਹੋ ਚੁੱਕਿਆ ਵਾ ਜੀ ਆਹ ਦੇਖੋ ਜਿਹੜਾ ਗ੍ਰੀਨ ਬਟਨ ਹੈ ਆ ਆ ਗ੍ਰੀਨ ਬਟਨ ਆ ਜਿਹੜਾ ਇਸ ਤੇ ਤੁਸੀਂ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਅੱਗੇ ਸਾਰਾ ਪਰਫਾਰਮਾ ਫਿਲ ਕਰਕੇ ਤੁਸੀਂ ਇਹਦੇ ਲਈ ਐਡਮਿਸ਼ਨ ਲਈ ਅਪਲਾਈ ਕਰ ਸਕਦੇ ਹੋ ਸੋ ਆ ਦੇਖੋ ਜਿੱਦਾਂ ਹੀ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਐਲਸਾਇੰਸ ਦੀ ਆਫੀਸ਼ਲ ਵੈਬਸਾਈਟ ਤੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਇੱਕ 2 ਨੰਬਰ ਤੇ ਜਿਹੜਾ ਨੋਟੀਫਿਕੇਸ਼ਨ ਦਿਖਾਈ ਦੇ ਰਿਹਾ ਇਹ ਨੋਟੀਫਿਕੇਸ਼ਨ ਦਿਖਾਈ ਦੇਵੇਗਾ ਕਲਿਕ ਹੇਅਰ ਟੂ ਅਪਲਾਈ ਔਨਲਾਈਨ ਫॉर ਬੀਐਸਸੀ ਪੈਰਾਮੈਡੀਕਲ ਕੋਰਸਸ ਸੈਸ਼ਨ 2022 ਸੋ ਇਸ ਲਿੰਕ ਦੇ ਉੱਤੇ ਕਲਿਕ ਕਰਨ ਤੋਂ ਬਾਅਦ ਤੁਸੀਂ ਨੈਕਸਟ ਪੇਜ ਤੇ ਪਹੁੰਚ ਜਾਵੋਗੇ ਤਾਂ ਆਹ ਪੇਜ ਹੋਵੇਗਾ ਜੀ ਇਹ ਪੇਜ ਤੇ ਤੁਸੀਂ ਜਿਹੜਾ ਗ੍ਰੀਨ ਬਟਨ ਹੈ ਰਜਿਸਟ੍ਰੇਸ਼ਨ ਵਾਲਾ ਇਸ ਤੇ ਕਲਿਕ ਕਰਨਾ ਹੋਵੇਗਾ ਅੱਗੇ ਫਾਰਮ ਓਪਨ ਹੋ ਜਾਊਗਾ ਸਟੈਪ ਬਾਈ ਸਟੈਪ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਹੋਊਗੀ ਉੱਥੇ ਸੋ ਇਸ ਤਰ੍ਹਾਂ ਤੁਸੀਂ ਇਹਨਾਂ ਕੋਰਸਸ ਲਈ ਅਪਲਾਈ ਕਰ ਸਕਦੇ ਹੋ ਉਮੀਦ ਕਰਦੇ ਹਾਂ ਅੱਜ ਦੀ ਇਹ ਇਨਫੋਰਮੇਸ਼ਨ ਤੁ ਫੀਲ ਨਾਲ ਜੁੜੀ ਹਰ ਇੱਕ ਤਾਜ਼ਾ ਅਪਡੇਟ ਪ੍ਰਾਪਤ ਕਰਨ ਦੇ ਲਈ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਸਟੱਡੀ ਐਂਡ ਕੈਰੀਅਰ ਮਿਲਦੇ ਆ ਜੀ ਨੈਕਸਟ ਵੀਡੀਓ ਤੇ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਾਥ ਸ਼੍ਰੀ ਗੱਲ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਧੰਨਵਾਦ